ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬੀ ਗਾਇਕ ਲਹਿਮਬਰ ਹੁਸੈਨਪੂਰੀ ਤੇ ਕਾਰਵਾਲੀ ਨੇ ਲਗਾਇਆ ਇਹ ਵੱਡਾ ਦੋਸ਼ ਆਈ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜ ਹੈ ਤੁਸੀਂ ਉੱਤੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਪੰਜਾਬ ਵਿਕਟ ਆਏ ਦਿਨ ਹੀ ਕੋਈ ਨਾ ਕੋਟਨਾ ਚਰਚਾ ਚ ਬਣੀ ਰਹਿੰਦੀ ਹੈ ਪੰਜਾਬ ਦੇ ਗਾਇਕਾਂ ਦੇ ਅਦਾਕਾਰਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨੂੰ ਹਮਾਇਤ ਦਿੱਤੀ ਜਾ ਰਹੀ ਸੀ ਪੰਜਾਬ ਵਿੱਚ ਕਰੋਨਾ ਸਿੱਧੀ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਗਾਇਕਾਂ ਵੱਲੋਂ ਅੱਗੇ ਵਧ ਕੇ ਕਰੋਨੋ ਪ੍ਰਭਾਵਿਤ ਹੁਣ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਦੌਰਾਨ ਹੀ ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਗਾਇਕ ਆਪਣਿਆਂ ਜਿੱਥੇ ਕੁਝ ਨਿੱਜੀ ਗੱਲਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਪੰਜਾਬੀ ਗਾਇਕ ਲੈਂਬਰੂ ਹੁਸੈਨਪੂਰੀ ਲਈ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰਵਾਲੀ ਨੇ ਉਸ ਦੇ ਉੱਪਰ ਦੋਸ਼ ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਲੈਂਬਰੂ ਹੁਸੈਨਪੂਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਹੋ ਗਈ ਜਦੋਂ ਪਰਿਵਾਰਕ ਝਗੜਾ ਘਰ ਤੋਂ ਬਾਹਰ ਆਇਆ ਤੇ ਮੀਡੀਆ ਵੀ ਉੱਥੇ ਆ ਗਿਆ ਪੰਜਾਬੀ ਗਾਇਕ ਲੈਂਬਰੂ ਹੁਸੈਨਪੂਰੀ ਦੀ ਪਤਨੀ ਅਤੇ ਉਸ ਦੀਆਂ ਸਾਲੀਆਂ ਵੱਲੋਂ ਉਸ ਉੱਪਰ ਦੋਸ਼ ਲਗਾਏ ਗਏ ਹਨ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਹੈ। ਅੱਜ ਵੀ ਉਹਨਾਂ ਵੱਲੋਂ ਆਪਣੇ ਇੱਕ ਕਾਰਕਰਾਇਤ ਦਿੱਤੇ ਜਾਣ ਲਈ ਕੁਝ ਲੋਕਾਂ ਵੱਲੋਂ ਘਰ ਆਉਣ ਤੇ ਪਤਨੀ ਨਾਲ ਘਰ ਦੇ ਕਿਰਾਏ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਇਸ ਘਟਨਾ ਨੂੰ ਲੈ ਕੇ ਹੁਸੈਨਪੁਰੇ ਨੇ ਆਫਿਸ ਬੈਠੇ ਹੋਏ ਕੈਮਰੇ ਨਜ਼ਰੀਏ ਦੇਖਿਆ ਕਿ ਆਪਣੀ ਪਤਨੀ ਅਤੇ ਸਾਲੀਆਂ ਉੱਪਰ ਗਲਤ આરોਪ ਲਗਾ ਦਿੰਦੇ ਹਨ। ਇਹ ਗੱਲ ਇੰਨੀ ਵੱਧ ਗਈ ਕਿ ਹੱਥੋਂ ਪਾਈ ਤੱਕ ਪਹੁੰਚ ਗਏ। ਉਦੋਂ ਇਹ ਗੱਲ ਕਰਦੇ ਹੋਏ ਲੈਂਬਰੂ ਸੇਨਪੁਰੇ ਨੇ ਸਾਰੇ ਗੱਲਾਂ ਨੇ ਬੇਬੁਨਿਆਦ ਦੱਸਿਆ ਉਹਨਾਂ ਕਾਇ ਕਿ ਮੇਰੀ ਪਤਨੀ ਦੀਆਂ ਦੋਵੇਂ ਭੈਣਾਂ ਸਾਡੇ ਘਰ ਵਿੱਚ ਦਖਲਅੰਦਾਜ਼ੀ ਕਰਨ ਦੇ ਚਲਦੇ ਹੋਏ ਕਲੇਸ਼ ਹੋ ਰਿਹਾ ਹੈ ਦੋਵਾਂ ਧਿਰਾਂ ਵੱਲੋਂ ਇੱਕ ਦੂਜੀ ਤੇ ਕੁੱਟ ਮਾਰ ਦੇ ਦੋਸ਼ ਲਗਾਏ ਗਏ ਹਨ ਪੰਜਾਬੀ ਗਾਇਕ ਲੈਂਬਰੂ ਸੇਨਪੁਰੇ ਦਿਓਲਨਗਰ ਵਿਖੇ ਇੱਕ ਥੇ ਵਾਪਿਸ ਕਰਨ ਦੀ ਜਾਣਕਾਰੀ ਮਿਲਣ ਤੇ ਥਾਣਾ ਪਾਰਗੋ ਕੈਂਪ ਦੇ ਨਹੀਂ ਚਾਰਜ ਭਗਵੰਤ ਸਿੰਘ ਮੌਕੇ ਤੇ ਪਹੁੰਚੇ ਜਿੰਨਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਇਸ ਮਾਮਲੇ ਦੀ ਜਾਂਚ ਕਰ ਲਈ ਹੈ ਖਬਰ ਨੂੰ ਲਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ